ਇਹ ਦੁਨੀਆ ਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਓਰਲ ਕੈਂਸਰ ਹੋ ਰਿਹਾ ਹੈ ਲੇਕਿਨ ਉਹਨਾਂ ਨੂੰ ਪਤਾ ਨਹੀਂ ਹੈ ਭਾਰਤ ਤੋਂ ਬਹੁਤ ਲੋਕ ਆ ਰਹੇ ਨੇ ਦਰਸਲ ਪੰਜਾਬ ਤੋਂ ਖਾਸ ਤੌਰ ਦੇ ਉੱਤੇ ਇੱਥੇ ਆ ਰਹੇ ਨਵੇਂ ਇਮੀਗ੍ਰੈਂਟਸ ਜਰਦਾ ਖਾਂਦੇ ਨੇ ਚੂਨਾ ਖਾਂਦੇ ਨੇ ਔਰ ਤਮਾਕੂ ਜਿਹੜੇ ਚਬਦੇ ਨੇ ਕੋਪਨਹ ਹੈਗਨ ਜਿਹੜਾ ਕੋਪਨਹ ਹੈਗਨ ਲਾਉਂਦੇ ਨੇ ਉਹਨਾਂ ਲਈ ਖਾਸ ਤੌਰ ਦੇ ਉੱਤੇ ਅੱਜ ਦਾ ਦਿਨ ਬਹੁਤ ਮਹੱਤਵਪੂਰਨ ਹੈ ਕਿ ਉਹ ਆਪਣੀ ਓਰਲ ਹੈਲਥ ਨੂੰ ਚੈੱਕ ਕਰਵਾਉਣ ਫ্রম ਡੈਂਟਲ ਪਰਸਪੈਕਟਿਵ ਇਹ ਬੋਡਕਾਸਟ ਹੈ ਚਾਹੇ ਬੱਚੇ ਦੇ ਦੰਦ ਹੈ ਚਾਹੇ ਨਹੀਂ ਹੈ ਦੁੱਧ ਪਲਾਉਣ ਤੋਂ ਬਾਅਦ ਜੇ ਅਸੀਂ ਉਹਦੇ ਬੋਲੇ ਜੇ ਮਾਲਮਲ ਦੇ ਜਮਲ ਐਮ ਜੀ ਦੇ ਕਿਸੇ ਕੱਪੜੇ ਦੇ ਨਾਲ ਥੋੜੇ ਜਿੱਲਾ ਚੜ ਕੇ ਅਸੀਂ ਉਹ ਸੁੜੇ ਸਾਫ਼ ਕਰ ਦਈਏ ਹੁਣ ਕਲੋਰੀਨ ਜ਼ਹਿਰ ਹੈ ਕਿਸਮ ਦੀ ਹਾਂਜੀ ਕਲੋਰੀਨ ਵਾਲਾ ਪਾਣੀ ਪੀਣ ਨਾਲ ਦੰਦਾਂ ਨੂੰ ਕੋਈ ਫਰਕ ਨਹੀਂ ਪੈਂਦਾ ਜਾਂ ਮੂੰਹ ਦੀ ਜਿਹੜੀ ਕੈਮਿਸਟਰੀ ਨੂੰ ਕੋਈ ਫਰਕ ਨਹੀਂ ਪੈਂਦਾ ਅ ਅੱਛਾ ਜਰਦੇ ਬਾਰੇ ਸੁਣ ਦੱਸੋ ਭਈ ਜਰਦੇ ਦਾ ਕੀ ਅਸਰ ਪੈਂਦਾ ਕੀ ਚੂਨਾ ਜਿਹੜਾ ਲਾਉਂਦੇ ਆ ਹਾਂਜੀ ਕਈ ਲੋਕ ਜਸਟੀਫਾਈ ਕਰਦੇ ਨੇ ਕਿ ਚੂਨਾ ਤਾਂ ਠੀਕ ਆ ਸੋ ਚੂਨਾ ਮਾੜਾ ਜਾਂ ਤਮਾਕੂ ਮਾੜਾ ਜਾਂ ਦੋਨਾਂ ਦਾ ਕੰਬੀਨੇਸ਼ਨ ਮਾੜਾ ਕੈਂਸਰ ਦਾ ਕਾਸ ਕਰਦੇ ਕਰਦਾ ਤੰਬਾਕੂ ਆਪਾਨੂੰ ਪਤਾ ਉਹ ਕਿੰਨੇ ਸਿਗਰਟ ਦੇ ਵਿੱਚ ਜਾਂ ਜਿਹੜਾ ਅਸੀਂ ਰੱਖਦੇ ਆ ਮੂੰਹ ਦੇ ਵਿੱਚ ਤਕਰੀਬਨ 7000 ਤੋਂ ਵੱਧ ਅਜਿਹੇ ਕੈਮੀਕਲਸ ਹੋリエ ਜਿੰਨਾ ਸਾਨੂੰ ਪਤਾ ਜਾਂ ਨਹੀਂ ਪਤਾ ਠੀਕ ਕਰਦੇ ਆ ਪਰ ਬਹੁਤਾਤ ਦੇ ਵਿੱਚ ਸਾਰੇ ਮਾੜੇ ਨੇ ਓਰਲ ਕੈਂਸਰ ਕਰਸ ਕਰਦੇ ਆ ਹੌਲੀ ਹੌਲੀ ਟਾਰ ਅੰਦਰ ਜਾਂਦੀ ਆ ਸਾਡੇ ਲੰਜ ਨੂੰ ਫੇਫੜਿਆਂ ਦੇ ਵਿੱਚ ਜੰਮਦੇ ਲੰਗਰ ਕੈਂਸਰ ਕਰਦੇ ਕੋਲਨ ਕੈਂਸਰ ਕਰਸ ਕਰਦੇ ਹੈਗੇ ਆ ਉਰੋ ਫ੍ਰਿੰਜੀਲ ਕੈਂਸਰ ਕਰਸ ਕਰਦੇ ਆ ਤੇ ਜਿਹੜੇ ਲੋਕ ਤੰਬਾਕੂ ਨੂੰ ਕਿਸੇ ਕਿਸਮ ਦੇ ਵਿੱਚ ਵੀ ਵਰਤਦੇ ਆ ਅੱਜ ਵਰਲਡ ਓਰਲ ਡੇ ਹੈ ਓਰਲ ਹੈਲਥ ਜਿਹੜੀ ਆ ਉਹ ਕਿਸ ਤਰੀਕੇ ਨਾਲ ਠੀਕ ਰਹਿ ਸਕਦੀ ਆ ਕੀ ਕੀ ਸਮੱਸਿਆਵਾਂ ਆਉਂਦੀਆਂ ਨੇ ਔਰਲ ਹੈਲਥ ਵਰਲਡ ਐਫ ਡੀ ਏ ਵਰਲਡ ਡੈਂਟਲ ਫੈਡਰੇਸ਼ਨ ਨੇ ਇਹ ਦਿਨ ਮੁਕਰਰ ਕੀਤਾ ਜਿਹੜਾ ਅੱਜ ਦਾ ਦਿਨ ਹੈ ਅੱਜ ਦਾ ਦਿਨ ਇੱਕ ਤਾਂ ਸਪ੍ਰਿੰਗ ਦਾ ਪਹਿਲਾ ਦਿਨ ਹੈ ਤੇ ਇੱਕ ਔਰਲ ਹੈਲਥ ਵਰਲਡ ਦੁਨੀਆ ਦੇ ਵਿੱਚ 100 ਤੋਂ 30 ਦੇ ਵਿੱਚ ਮਨਾਇਆ ਜਾ ਰਿਹਾ ਹੈ ਤੁਹਾਡੇ ਮੂੰਹ ਦੀ ਸਿਹਤ ਕਿ ਹੋਜੀਆ ਤੁਹਾਡੇ ਮੂੰਹ ਦੇ ਵਿੱਚ ਕੀ ਕੁਝ ਚੱਲਦਾ ਰਹਿੰਦਾ ਇਹ ਇੱਕ ਐਸੀ ਥਾਂ ਹੈ ਜਿਸ ਦੇ ਵਿੱਚ ਖਾਣ ਪੀਣ ਤੋਂ ਇਲਾਵਾ ਅਸੀਂ ਹੋਰ ਬਹੁਤ ਚੀਜ਼ਾਂ ਪਾਉਨੇ ਆ ਅੱਜ ਉਹ ਗੱਲਬਾਤ ਹੋਏਗੀ ਤੇ ਉਹਨਾਂ ਦੇ ਨਾਲ ਕਿਸ ਤਰੀਕੇ ਨਾਲ ਤੁਹਾਡੀ ਹਾਈਜੀਨ ਖਰਾਬ ਹੋ ਸਕਦੀ ਹੈ ਮੂੰਹ ਦੀ ਜਿਹੜੀ ਅਸਿਡਿਟੀ ਜਾਂ ਇਸਦੀ ਅਲਕਲਾਈਨ ਹੋਣਾ ਬੱਚਿਆਂ ਦੇ ਮੂੰਹ ਦੇ ਵਿੱਚ ਦੁੱਧ ਦੀ ਚੰਗਣੀ ਦੇਣੀ ਤੇ ਬਹੁਤ ਸਾਰੀਆਂ ਹੋਰ ਗੱਲਾਂ ਨੇ ਜਿਹੜੀਆਂ ਜੀ ਡਾਕਟਰ ਸਾਹਿਬ ਕਰਨਗੇ ਲੇਕਿਨ ਯਕੀਨ ਕਰਨਾ ਕਿ ਦੁਨੀਆ ਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਔਰਲ ਕੈਂਸਰ ਹੋ ਰਿਹਾ ਹੈ ਲੇਕਿਨ ਉਹਨਾਂ ਨੂੰ ਪਤਾ ਨਹੀਂ ਹੈ ਡਾਕਟਰ ਸਟਾਲਨ ਆਪਣੇ ਕਲੀਨਿਕ ਦੇ ਵਿੱਚ ਚੈੱਕ ਵੀ ਕਰਦੇ ਨੇ ਕਿ ਕਿਤੇ ਹੋਰ ਕੈਂਸਰ ਤਾਂ ਨਹੀਂ ਬੜਾ ਸਿੰਪਲ ਸਿੱਧਾ ਜਿਹਾ ਮੈਥਡ ਹੈ ਨਾ ਕੋਲੇ ਅੱਜ ਉਹ ਵੀ ਇਹਨਾਂ ਨੂੰ ਪੁੱਛਾਂਗੇ ਕਿ ਤੁਹਾਨੂੰ ਪਤਾ ਲੱਗ ਸਕਦਾ ਜਿਹੜੇ ਪੰਜਾਬ ਤੋਂ ਭਾਰਤ ਤੋਂ ਬਹੁਤ ਲੋਕ ਆ ਰਹੇ ਨੇ ਦਰਸਲ ਪੰਜਾਬ ਤੋਂ ਖਾਸ ਤੌਰ ਦੇ ਉੱਤੇ ਇੱਥੇ ਆ ਰਹੇ ਨਵੇਂ ਇਮੀਗ੍ਰੈਂਟਸ ਜਰਦਾ ਖਾਂਦੇ ਨੇ ਚੂਨਾ ਖਾਂਦੇ ਨੇ ਔਰ ਤਮਾਕੂ ਜਿਹੜੇ ਚਬਦੇ ਨੇ ਕੋਪਨਹ ਹੈਗਨ ਜਿਹੜਾ ਕੋਪਨਹ ਹੈਗਨ ਲਾਉਂਦੇ ਨੇ ਉਹਨਾਂ ਲਈ ਖਾਸ ਤੌਰ ਦੇ ਉੱਤੇ ਅੱਜ ਦਾ ਦਿਨ ਬਹੁਤ ਮਹੱਤਵਪੂਰਨ ਹੈ ਕਿ ਉਹ ਆਪਣੀ ਓਰਲ ਹੈਲਥ ਨੂੰ ਚੈੱਕ ਕਰਵਾਉਣ ਉਹਨਾਂ ਨੂੰ ਕੈਂਸਰ ਹੋਣ ਦੀ ਸੰਭਾਵਨਾ ਬਹੁਤ ਵੱਧ ਜਾਂਦੀਆਂ ਨੇ ਜਿਹੜੇ ਹਰ ਰੋਜ਼ ਜਰਦਾ ਤੇ ਚੂਨਾ ਮਲ ਕੇ ਆਪਣੇ ਮੂੰਹ 'ਚ ਪਾਉਂਦੇ ਨੇ ਡਾਕਟਰ ਗਿਲ ਜੀਆ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਥੈਂਕ ਯੂ ਸ਼ੁਕਰੀਤਨ ਸਭ ਤੁਹਾਨੂੰ ਤੇ ਤੁਹਾਡੇ ਸਾਰੇ ਲਿਸਨਰਸ ਨੂੰ ਸਤਿ ਸ਼੍ਰੀ ਅਕਾਲ ਓਰਲ ਹੈਲਥ ਤੇ ਓਰਲ ਹਾਈਜੀਨ ਕਿਉਂ ਜ਼ਰੂਰੀ ਹੈ ਅੱਜ ਉਹ ਦੁਨੀਆ ਦੇ ਵਿੱਚ 33 ਮੁਲਕਾਂ 'ਚ ਇਹ ਮਨਾਇਆ ਜਾ ਰਿਹਾ ਤੇ ਲੋਕ ਆਪਣੇ ਓਰਲ ਹੈਲਥ ਚੈੱਕ ਕਰਵਾ ਰਹੇ ਆ ਸਭ ਤੋਂ ਪਹਿਲਾਂ ਤਾਂ ਇਹ ਇਹ ਆਰਜੀ ਪ੍ਰੋਬਲਮ ਆ ਜਿਹਨੂੰ ਅਸੀਂ ਪ੍ਰिवेंट ਕੀਤਾ ਜਾ ਸਕਦਾ ਸੋ ਤਕਰੀਬਨ 3.5 ਬਿਲੀਅਨ ਲੋਕਾਂ ਨੂੰ ਇਸ ਟਾਈਮ ਲੋਕਾਂ ਨੂੰ ਇਸ ਟਾਈਮ ਕੋਈ ਨਾ ਕੋਈ ਦੰਦਾਂ ਦੇ ਪ੍ਰੋਬਲਮ ਹੈ ਦਰਦ ਹੈ ਜਾਂ ਹਿਲ ਰਿਹਾ ਹੈ ਜਾਂ ਕਿ ਮਸੂੜਿਆਂ ਨੂੰ ਲੈ ਕੇ ਪ੍ਰੋਬਲਮ ਹੈ ਜਾਂ ਓਰਲ ਕੈਂਸਰ ਹੈ ਜੋ ਤੁਸੀਂ ਮੈਂਸ਼ਨ ਕੀਤਾ ਜਾਂ ਹੋਰ ਪ੍ਰੋਬਲਮਸ ਨੇ ਬਹੁਤ ਸਾਰੀਆਂ ਪ੍ਰੋਬਲਮਸ ਇਹ ਪ੍ਰिवेंट ਕੀਤੀਆਂ ਜਾ ਸਕਦੀਆਂ ਨੇ ਉਹ ਤਕਲੀਫ ਉਹ ਦਰਦ ਉਹ ਪੇਨ ਉਹ ਜਿਹੜੀਆਂ ਡਿਫਿਕਲਟੀਜ਼ ਆਉਣੀਆਂ ਨੇ ਜਿਹੜਾ ਤੁਹਾਡੇ ਲਾਈਫ ਸਟਾਈਲ ਨੂੰ ਖਰਾਬ ਕਰਦੀਆਂ ਨੇ ਵੀ ਸਾਡੇ ਦੰਦ ਆਪਣੇ ਹੈ ਨਹੀਂ ਜੇ ਜਾਂ ਅਸੀਂ ਉਹ ਚੀਜ਼ਾਂ ਨਹੀਂ ਖਾ ਸਕਦੇ ਜਿਹੜੀਆਂ ਸਾਨੂੰ ਖਾਣੀਆਂ ਪਸੰਦ ਨੇ ਉਹ ਸਾਰੀਆਂ ਪ੍ਰिवेंटਡ ਕਰ ਕੀਤੀਆਂ ਜਾ ਸਕਦੀਆਂ ਸੋ ਆਡਟ ਫੈਡਰੇਸ਼ਨਸ ਨੇ ਜਿਵੇਂ ਤੁਸੀਂ ਮੈਂਸ਼ਨ ਕੀਤਾ FDI World uh, Dental Federation ਇਹ ਅਵੇਅਰਨੈਸ ਕੈਂਪੇਨ ਚਲਾ ਰਹੀ ਹੈ ਜੀ ਲੋਕਾਂ ਦੇ ਲਈ ਇਸ ਸਾਲ ਦਾ ਮੋਟੋ ਮੈਨੂੰ ਬੜਾ ਵਧੀਆ ਲੱਗਿਆ ਉਹਨਾਂ ਦਾ ਸੋ ਉਹ ਕਹਿੰਦੇ ਆ ਵੀ ਲੁੱਕ ਆਫਟਰ ਯੂਰ ਓਰਲ ਹੈਲਥ ਫॉर ਅ ਲਾਈਫਟਾਈਮ ਆਫ ਸਮਾਈਲਸ ਸੋ ਕਿ ਇਹ ਬਚਪਨ ਤੋਂ ਸ਼ੁਰੂ ਹੋ ਜਾਣੀ ਚਾਹੀਦੀ ਹੈ ਹਰ ਲਾਈਫ ਦੇ ਆਪਾ ਪਿਕਚਰਸ ਲੈਨੇ ਆ ਫੋਟੋ ਲੈਨੇ ਯਾਦਗਾਰਾਂ ਨੇ ਉਹਨਾਂ ਲਈ ਵੀ ਸਾਡੇ ਦੰਦ ਸੋਹਣੇ ਹੋਣ ਵਧੀਆ ਲੱਗਦੇ ਆ ਸਾਡੀ ਮੈਮਰੀਜ਼ ਨੇ ਹਰ ਇੱਕ ਉਮਰ ਦੇ ਖਾਣੇ ਪੀਣੇ ਸਾਡੇ ਅਲੱਗ ਨੇ ਉਹਨਾਂ ਨੂੰ ਇੰਜੋਏ ਕਰਨਾ ਸਾਡੀ ਪਰਸਨੈਲਿਟੀ ਤੇ ਇਹਦਾ ਕਿੰਨਾ ਇੰਪੈਕਟ ਪੈਂਦਾ ਸੋ ਉਹਨਾਂ ਨੇ ਇਸ ਵਾਰ ਅਵੇਅਰ ਕਰਨ ਦੀ ਕੋਸ਼ਿਸ਼ ਕੀਤੀ ਹੈ ਇਸ ਡੇ ਨੂੰ ਸੈਲੀਬ੍ਰੇਟ ਕਰਨ ਦੇ ਨਾਲ ਵੀ ਅਸੀਂ ਬਚਪਨ ਤੋਂ ਲੈ ਕੇ ਸਾਡੇ ਅੰਤ ਤੱਕ ਚਾਹੇ ਸੀ 5 ਸਾਲ ਦੇ ਆ 25 ਦੇ ਆ 75 ਦੇ ਆ 85 ਦੇ ਆ ਸੌ ਸਾਲ ਦੇ ਆ ਇਹਨਾਂ ਦੀ ਇੰਪੋਰਟੈਂਸ ਸਾਨੂੰ ਹੋਣੀ ਚਾਹੀਦੀ ਹੈ ਕਿਉਂਕਿ ਸਾਡੀ ਜ਼ਿੰਦਗੀ 'ਚ ਬਹੁਤ ਮਹੱਤਵਪੂਰਨ ਰੋਲ ਅਦਾ ਕਰਦੇ ਠਾਣ ਪਿੰਡ ਦੇ ਲਈ ਬੋਲਣ ਦੇ ਲਈ ਸਮਾਈਲ ਦੇ ਲਈ ਦਾਲ ਬੱਤ ਲਈ ਹਰ ਇੱਕ ਚੀਜ਼ ਲਈ ਅੱਛਾ ਡਾਕਟਰ ਜਦੋਂ ਦੰਦ ਨਹੀਂ ਆਏ ਹੁੰਦੇ ਹਾਂਜੀ ਜਿਹੜੇ ਛੋਟੇ ਬੱਚੇ ਨੇ ਹਾਂਜੀ ਅਸੀਂ ਉਹਨਾਂ ਦੇ ਮੂੰਹ ਦੇ ਵਿੱਚ ਚੁੰਗਣੀ ਦੇ ਦਿੰਨੇ ਹਾਂ ਹਾਂਜੀ ਕਿਦਰ ਨਿੱਪਲ ਵੀ ਬਾਰ-ਬਾਰ ਦੇਈ ਜਾਂਦੇ ਤਾਂ ਕਿ ਰੋਵੇ ਨਾ ਹੋ ਪਰ ਜਦੋਂ ਚੁੰਗਣੀ ਦਾ ਦੁੱਧਾ ਉਹ ਹੌਲੀ-ਹੌਲੀ ਕਰਕੇ ਬੱਚੇ ਦੇ ਮੂੰਹ 'ਚ ਜਾਂਦਾ ਹਾਂਜੀ ਕਿਸ ਤਰੀਕੇ ਨਾਲ ਉਹਦੀ ਜਿਹੜੀ ਕੈਮਿਸਟਰੀ ਬੱਚੇ ਦੇ ਅੰਦਰਲੇ ਜਿਹੜੀ ਮੂੰਹ ਦੀ ਬਲ ਬਦਲਦੀ ਰਹਿੰਦੀ ਹੈ ਉਹਦੇ ਬਾਰੇ ਤੁਹਾਨੂੰ ਦੱਸੂ ਹੌਲੀ 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 ਜਿਵੇਂ ਜਿਵੇਂ ਆ ਜਿਹੜੇ ਸਾਡੇ ਡੱਟ ਦੇ ਵਿੱਚ ਬੈਕਟੀਰੀਆ ਨੇ ਉਹ ਹੌਲੀ ਹੌਲੀ ਡਿਵੈਲਪ ਹੁੰਦੇ ਆ ਉਵੇਂ ਸਾਡੇ ਮੂੰਹ ਦੇ ਵਿੱਚ ਬੈਠੀ ਰਹਿੰਦੇ ਨੇ ਹੌਲੀ ਹੌਲੀ ਉਹ ਆਪਣਾ এনवायरमेंट ਚੇਂਜ ਕਰਦੇ ਆ ਬਦਲਦੇ ਆ ਨਵੇਂ ਆਉਂਦੇ ਆ ਪੁਰਾਣੇ ਹਟ ਜਾਂਦੇ ਹੈਗੇ ਆ ਫ੍ਰਮ ਡੈਂਟਲ ਪਰਸਪੈਕਟਿਵ ਇਹ ਬਹੁਤ ਖਾਸ ਹੈ ਚਾਹੇ ਬੱਚੇ ਦੇ ਦੰਦ ਹੈ ਚਾਹੇ ਨਹੀਂ ਹੈ ਦੁੱਧ ਪਿਲਾਉਣ ਤੋਂ ਬਾਅਦ ਜੇ ਅਸੀਂ ਉਹਦੇ ਪੋਲੇ ਜੇ ਮਲਮਲ ਦੇ ਜ ਮਲਾਈਮ ਜਿਕੇ ਸੇ ਟਪੜੇ ਦੇ ਨਾਲ ਥੋੜੇ ਜੱਲਾ ਚਾਰ ਕੇ ਸੇ ਮਸੂੜੇ ਸਾਫ਼ ਕਰ ਦिए ਕਾਰਨ ਕੀ ਹੈ ਤੇ ਦੰਦ ਨਹੀਂ ਆਏ ਨਹੀਂ ਨੰਦ ਹੈ ਹਾਂਜੀ ਤਾਂ ਵੀ ਹੈ ਤਾਂ ਵੀ ਹਾਂਜੀ ਕਿਉਂਕਿ ਦੰਦ ਕਿਸ ਨਾ ਕਿਸੇ ਹਿੱਸੇ ਦੇ ਵਿੱਚ ਮਸੂੜਿਆਂ ਦੇ ਅੱਗੇ ਪਿੱਛੇ ਡੱਲਾਂ ਦੇ ਵਿੱਚ ਜਾਂ ਬੁੱਲਾਂ ਦੇ ਥੱਲੇ ਦੰਦ ਦੁੱਧ ਜੰਮਿਆ ਰਹਿ ਜਾਂਦਾ ਕਈ ਵਾਰ ਸੋ ਜਿੱਥੇ ਕਿਤੇ ਵੀ ਇਹ ਚੀਜ਼ ਜੰਮੀ ਰਹਿ ਜਾਣੀ ਹੈ ਫੂਡ ਨੇ ਉਹਨਾਂ ਦਾ ਆਪਣਾ ਡੀਕੰਪੋਜ਼ ਹੋਣਾ ਸ਼ੁਰੂ ਹੋ ਜਾਣਾ ਕੁਝ ਸਮੇਂ ਬਾਅਦ ਬੈਕਟੀਰੀਆ ਪੈਦਾ ਹੋ ਜਾਂਦੇ ਆ ਬੈਕਟੀਰੀਆ ਪੈਦਾ ਹਨ ਇਨਫੈਕਸ਼ਨ ਹੋਣ ਦੇ ਚਾਂਸਸ ਹੋ ਜਾਂਦੇ ਹੈ ਜੇ ਆ ਤਾਂ ਹੀ ਜਿਹੜੀ ਕੈਨੇਡੀਅਨ ਡੈਂਟਲ ਐਸੋਸੀਏਸ਼ਨ ਆ ਜਾਂ ਅਮਰੀਕਨ ਡੈਂਟਲ ਐਸੋਸੀਏਸ਼ਨ ਉਹ ਰეკਮੈਂਡ ਕਰਦੇ ਆ ਚਾਹੇ ਪਹਿਲੇ ਦੰਦ ਆਉਣ ਦੇ ਅਮ ਵਿਦਨ 6 ਮਨਸ ਜਾਂ ਬੱਚੇ ਨੂੰ 1 ਸਾਲ ਦੇ ਹੋਣ ਤੋਂ ਪਹਿਲਾਂ ਪਹਿਲਾਂ ਡੈਂਟਲ ਵਿਜ਼ਿਟਸ ਹੋਣੀ ਚਾਹੀਦੀ ਆ ਉਦੋਂ ਦੰਦਾਂ ਦਾ ਨਹੀਂ ਜਦ ਦੰਦ ਆਈ ਇੱਕ ਦੋ ਉਹਨਾਂ ਦਾ ਕੀ ਚੈੱਕ ਕਰਨਾ ਕੁਝ ਖਾਸ ਤਾਂ ਹੈ ਨਹੀਂ ਉਹ ਪੇਰੈਂਟਸ ਨਾਲ ਡਿਸਕਸ਼ਨ ਵਾਸਤੇ ਵਿਟਾਂਟੀ ਨੂੰ ਨਾਲੋਂ ਸਿੱਧਾ ਸੱਚ ਇਹ ਵੀ ਕੀ ਜ਼ਰੂਰੀ ਹੈਗਾ ਪ੍ਰिवेंट ਕਿਵੇਂ ਕੀਤਾ ਜਾ ਸਕਦੀਆਂ ਪ੍ਰੋਬਲਮਸ ਗਰੋਥ ਮਾਨੀਟਰ ਕੀਤੀ ਜਾਂਦੀ ਹੈ ਜੀ ਗਰੋਥ ਮਾਨੀਟਰ ਕਰਨ ਵਾਸਤੇ ਮਸੂੜਿਆਂ ਨੂੰ ਲੈ ਕੇ ਉਹਨਾਂ ਦੀ ਫੀਡਿੰਗ ਹੈਬਿਟਸ ਨੂੰ ਲੈ ਕੇ ਟੀ ਵਿੱਚ ਇੰਪੈਕਟ ਕਰਨ ਦੇ ਦੰਦ ਆਉਣ ਵਾਲੇ ਸਮੇਂ ਦੇ ਵਿੱਚ ਹਮਮ ਕਿਉਂਕਿ ਕਈ ਵਰੀ ਚੰਗਣੀ ਜੀ ਕੋਕੋਕੋਲਾ ਪਾ ਕੇ ਬਿੜਹਾ ਦਿੰਦੇ ਬੱਚਾ ਉਹ ਤਾਂ ਮਾੜੀ ਗੱਲ ਹੈ ਜੀ ਜਿੱਥੇ ਇੰਨਾ ਖਿਆਲ ਰੱਖਿਆ ਜਾਂਦਾ ਹਾਂਜੀ ਉੱਥੇ ਅਸੀਂ ਜਿਹੜੇ ਸ਼ਹਿਰਾਂ 'ਚ ਰਹਿਣ ਵਾਲੇ ਆਂ ਹਾਂਜੀ ਜਿਹੜੇ ਟੂਟੀ ਦਾ ਪਾਣੀ ਪੀਣੇ ਆ ਉਹ 'ਚ ਕਲੋਰੀਨ ਪਾਈ ਹੋਈ ਆ ਹਾਂਜੀ ਹੁਣ ਕਲੋਰੀਨ ਜ਼ਹਿਰ ਹੈ ਕਿਸਮ ਦੀ ਹਾਂਜੀ ਕਲੋਰੀਨ ਵਾਲਾ ਪਾਣੀ ਪੀਣ ਨਾਲ ਦੰਦਾਂ ਨੂੰ ਕੋਈ ਫਰਕ ਨਹੀਂ ਪੈਂਦਾ ਜਾਂ ਮੂੰਹ ਦੀ ਜਿਹੜੀ ਕੈਮਿਸਟਰੀ ਨੂੰ ਕੋਈ ਫਰਕ ਨਹੀਂ ਪੈਂਦਾ ਉਹਦੀ ਲਿਮਟ ਉਹਨਾਂ ਨੇ ਸੈੱਟ ਕੀਤੀ ਹੈ ਵੀ ਕਿੰਨਾ ਕੁ ਪਾਉਣਾ ਹੈ ਸੋ ਜਿੰਨਾ ਰਿਸਰਚ ਹੋਇਆ ਉਹਦੇ ਮੁਤਾਬਕ ਉਹਦੀ ਮਾਤਰਾ ਉਹਨਾਂ ਨੇ ਤੈਅ ਕਰਤੀ ਵੀ ਇੰਨਾ ਕੁ ਪਾਓ ਇਹਦੇ ਨਾਲ ਸਾਡੀ ਬੋਡੀ ਦੇ ਉੱਤੇ ਸਾਡੇ ਦੰਦਾਂ ਤੇ ਕਿਸੇ ਚੀਜ਼ ਦੇ ਉੱਤੇ ਕੋਈ ਇੰਪੈਕਟ ਨਹੀਂ ਹੁੰਦਾ ਫਲੋਰਾਈਡ ਫਲੋਰਾਈਡ ਸਭ ਤੋਂ ਇੰਪੋਰਟੈਂਟ ਹੈ ਉਹ ਸਾਡੇ ਪ੍ਰिवेंट ਕਰਦਾ ਬਹੁਤ ਸਾਰੇ ਕੈਵਿਟੀਜ਼ ਹੋਣ ਤੋਂ ਬਚਾਉਂਦਾ ਹੈ ਜਿਹੜਾ ਆਇਨ ਕਲੋਰੀਨ ਇਹ ਜੋ ਪਾਣੀ ਨੂੰ ਸਾਫ਼ ਰੱਖਣ ਵਾਸਤੇ ਵੀ ਜ਼ਰੂਰੀ ਹੈ ਜੀਆ ਉਹਦੀ ਕੀ ਮਾਤਰਾ ਹੈ ਜੀ ਇਹ ਜਿਹੜੀਆਂ ਉੱਥੇ ਆਰਗੇਨਾਈਜੇਸ਼ਨਸ ਹੈ ਜੀ ਜਾਂ ਜਿਹੜੀ ਸਿਟੀ ਹੈ ਜੀ ਉਹ ਡਿਸਾਈਡ ਕਰਦੀ ਆ ਵੀ ਸਾਡੇ ਪਾਣੀ ਨੂੰ ਲੋੜ ਹੈ ਨਹੀਂ ਹੈ ਜਾਂ ਕਿੰਨੀ ਮਾਤਰਾ ਚ ਲੋੜ ਹੈ ਫਲੋਰਾਈਡ ਦੀ ਤੁਸੀਂ ਖੂਬ ਗੱਲ ਕੀਤੀ ਹਾਂਜੀ ਫਲੋਰਾਈਡ ਹੁਣ ਜਿਹੜੀਆਂ ਦੰਦਾਂ ਦੀ ਪੇਸਟ ਮਿਲਦੇ ਆ ਉਹਨਾਂ ਤੇ ਵੀ ਲਿਖਿਆ ਹੁੰਦਾ ਫਲੋਰਾਈਡ ਪਾਇਆ ਹੈ ਫਲੋਰਾਈਡ ਦੇ ਬੜਾ ਅਸੀਂ ਜਿਹੜੇ ਪਿੰਡਾਂ ਚੋਂ ਆ ਰਹੇ ਆ ਸਾਡੇ ਪਿੰਡ ਰੈਕੋਟ ਦੇ ਇਲਾਕੇ ਦੇ ਵਿੱਚ ਦੱਦਾਪੂਰ ਤੱਕ ਹਾਂਜੀ ਉੱਥੇ ਪਾਣੀ ਦੇ ਵਿੱਚ ਫਲੋਰਾਈਡ ਜ਼ਿਆਦਾ ਹਾਂਜੀ ਤੁਸੀਂ ਦੇਖਿਆ ਹੋਣਾ ਸਾਡੇ ਇਲਾਕੇ ਦੇ ਬਹੁਤ ਸਾਰੇ ਲੋਕਾਂ ਦੀ ਦੰਦਾਂ ਨੂੰ ਕੁਣਕੀ ਲੱਗ ਜਾਂਦੀ ਹੈ। ਹਾਂਜੀ। ਪੀਲੇ ਜਿਹਾ ਹੋ ਜਾਂਦਾ ਤਾਂ। ਹਾਂਜੀ। ਜਿੰਨਾ ਮਰਜ਼ੀ ਬਰਸ਼ ਕਰ ਲੋ। ਹਾਂਜੀ। ਡਾਕਟਰਾਂ ਨੇ ਜੋ ਜ਼ੋਰ ਲਾ ਲਿਓ ਹਟਦੇ ਨਹੀਂ। ਹਾਂਜੀ। ਫਲੋਰਾਈਡ ਦਾ ਮਾੜਾ ਬਹੁਤ ਆ। ਉਹੀ ਗੱਲ ਹੈ ਕਿ ਕਿੰਨੀ ਮਾਤਰਾ ਦੇ ਵਿੱਚ ਬਹੁਤਾਤ ਹਰ ਚੀਜ਼ ਦੀ ਮਾੜੀ ਹੁੰਦੀ ਆ। ਅਮ ਮੈਂ ਤੁਹਾਨੂੰ ਐਗਜ਼ਾਮਪਲ ਦੱਸਣਾ ਮੈਂ ਜਿੱਥੇ ਪੜ੍ਹ ਕੇ ਆਇਆ ਕੈਲੀਫੋਰਨੀਆ ਜਿੱਥੇ ਮੈਂ ਡੈਂਟਲ ਸਕੂਲ ਗਿਆ ਸੀ। ਜਦੋਂ ਮੈਂ ਪੜਨ ਗਿਆ ਮੈਂ ਇੰਡੀਆ ਦੇ ਡੈਂਟਿਸਟਾਂ ਪਹਿਲਾਂ ਲੁਧਿਆਣੇ ਤੋਂ ਪੜਿਆ ਮੈਂ ਵੀ ਮੁਲਾਪੁਰ ਦਾਖੇ ਤੋਂ ਆ। ਹੂੰ ਹੂੰ ਤੇ ਉਹ ਕਹਿੰਦੇ ਵੀ ਫਿਲਿੰਗ ਕਰਨ ਦੀ ਲੋੜ ਨਹੀਂ ਹਰ ਕੈਵਿਟੀ ਦੇ ਵਿੱਚ ਆਪਾਂ ਫਲੋਰਾਈਡਾ ਟੂਥਪੇਸ ਦੇਣਾ 3 ਮਹੀਨੇ ਲਈ ਆ ਆਪਾਂ ਮਾਊਥਵਾਸ਼ ਦੇਣਾ ਆ ਐਂ ਕਰਨਾ ਮੈਂ ਯਾਰ ਕੀ ਗੱਲਾਂ ਚੱਰੀ ਜਾਂਦੇ ਆ ਇਹ ਕੈਵਿਟੀ ਹੈ ਜੀ ਫਿਲਿੰਗ ਕਰੋ ਦਲਤਾ ਤੂੰ ਤੇ ਪਹਿਲਾਂ ਮੈਂ ਬਲੀਵ ਨਾ ਕੀਤਾ ਸੋ ਜਿਹੜਾ ਸਾਡਾ ਡੀਨ ਸੀ ਡੈਂਟਲ ਸਕੂਲ ਦਾ ਡਾਕਟਰ ਜான் ਫੈਦਰਸਟੋਨ ਉਹਨੇ ਆਉਦੇ ਜ਼ਿੰਦਰੀ ਦੇ 40-45 ਸਾਲ ਐਸੇ ਫਲੋਰਾਈਡ ਦੇ ਰਿਸਰਚ ਦੇ ਉੱਤੇ ਲਾਏ ਕਿੰਨੀ ਮਾਤਰਾ ਦੇ ਵਿੱਚ ਹੋਣਾ ਚਾਹੀਦਾ ਪਹਿਲਾਂ ਸਿਰਫ ਕੈਲੀਫੋਰਨੀਆ ਦੇ ਸਕੂਲ ਸ਼ੁਰੂ ਹੋਇਆ ਹਮ ਪ੍ਰੀਵੈਂਟਿਵ ਟੂਥਪੇਸ ਜਿਹੜਾ ਸਾਡਾ ਮਾਊਥਵਾਸ਼ ਇਡਾ ਪੈਰੀਆ ਅਮ ਫਲੋਰਾਈਡਸ ਦੀ ਨਾਲ ਹੁਣ ਮੋਸਟ ਆਫ ਦ ਸਟੇਟਸ ਇਨ ਯੂ ਐਸ on ਪਿੱਛੇ ਦੋ ਸਾਲ ਪਹਿਲਾਂ ਆਸਟ੍ਰੇਲੀਆ ਵੀ ਜਾ ਕੇ ਆ ਨਿਊਜ਼ੀਲੈਂਡ ਵੀ ਜਾ ਕੇ ਆ ਹੁਣ ਯੂਰਪ ਦੇ ਵਿੱਚ ਵੀ ਸ਼ੁਰੂ ਕੀਤਾ ਉਹਨਾਂ ਨੇ ਬਹੁਤ ਸਾਰੇ ਕਮਿਊਨਿਟੀਜ਼ ਬਹੁਤ ਸਾਰੀਆਂ ਸਿਟੀਜ਼ ਪਾਣੀ ਨੂੰ ਇੱਥੇ ਸਹੀ ਮਾਤਰਾ ਚ ਫਲੋਰਿਡੇਟ ਕਰਦੀਆਂ ਨੇ ਜਿੱਥੇ ਫਲੋਰਾਈਡ ਦੀ ਮਾਤਰਾ ਨੇਚਰਲੀ ਘੱਟ ਹੈਗੀ ਆ ਅੱਛਾ ਪਰ ਜਿਵੇਂ ਆਪਣੇ ਮੋਜੇ ਵਾਲੀ ਸਾਈਡ ਹੋ ਜੀ ਹੋਰ ਆ ਰਾਈਟ ਉਡਾਲੀ ਸਾਈਡ ਹੋ ਜੀ ਜਾਂ ਹੋਰ ਪੰਜਾਬ ਦੇ ਕੀ ਇਲਾਕੇ ਹੈ ਜਿਹੜੇ ਜਾਂ ਹਿੰਦੁਸਤਾਨ ਦੇ ਉੱਥੇ ਫਲੋਰਾਈਡ ਦੀ ਮਾਤਰਾ ਬਹੁਤ ਜ਼ਿਆਦਾ ਹੈ ਤੇ ਅਸੀਂ ਉਹਦੇ ਪਾਣੀ ਚ ਬੋਹਾਂ ਦੇ ਪਾਣੀ ਦੇ ਵਿੱਚ ਅਸੀਂ ਨਾਲਕਿਆਂ ਦਾ ਪਾਣੀ ਉਹ ਬੋਰਾ ਦਾ ਪਾਣੀ ਟਰੜਦੇ ਆ ਜਿਹਦੇ ਉੱਤੇ ਸਾਡਾ ਕੰਟਰੋਲਿੰਗ ਜੋ ਆ ਗਿਆ ਆ ਗਿਆ ਪੀ ਲਿਆ ਇੱਥੇ ਪਾਣੀ ਸਾਡਾ ਉਹ ਹੈ ਨਹੀਂਗਾ ਇੱਥੇ ਸਿਟੀ ਸਾਨੂੰ ਪ੍ਰੋਵਾਈਡ ਕਰਦੀ ਹੈ ਪਾਣੀ ਉਦ ਵਿੱਚ ਉਹ ਬਹੁਤ ਹੀ ਕੰਟਰੋਲਡ ਮਾਤਰਾ ਦੇ ਵਿੱਚ ਫਲੋਰਾਈਡ ਪਾਉਂਦੇ ਆ ਜਿਹਦਾ ਬੈਨੀਫਿਟ ਹੀ ਹੋ ਸਕਦਾ ਨੁਕਸਾਨ ਨਹੀਂ ਹੁੰਦਾ ਹੂੰ ਅੱਛਾ ਕਿਸੇ ਨੂੰ ਇਹ ਦੱਸੋ ਬਈ ਅਲਕੋਹਲ ਵਰਸਸ ਅਲਕੋਹਲ ਫ੍ਰੀ ਮਾਊਥਵਾਸ਼ ਨੇ ਜਿਹੜੇ ਲਿਸਟਰਾਈਨ ਵਗੈਰਾ ਨੇ ਹੋਰ ਨੇ ਕਿਹੜੇ ਮਾਊਥਵਾਸ਼ ਠੀਕ ਨੇ ਜਿਹੜੇ ਔਰਲ ਹਾਈਜੀਨ ਨੂੰ ਠੀਕ ਵੀ ਰੱਖਣ ਪਰ ਇਹ ਨਾ ਹੋਵੇ ਕਿ ਕੋਈ ਨੁਕਸਾਨ ਹੋ ਜਾਏ ਉਸ ਦਾ ਔਰ ਔਰਲ ਹੈਲਥ ਲਈ ਕਿਹੜੇ ਠੀਕ ਨਹੀਂ ਹੈਗੇ ਅਮ ਜੇ ਤੁਹਾਡੇ ਕੋਈ ਗਮ ਡਿਜ਼ੀਜ਼ ਹੈ ਜਾਂ ਤੁਹਾਨੂੰ ਕਿਸੇ ਮਾਊਥਵਾਸ਼ ਦੀ ਹੈਲਪ ਹੋ ਸੱਟ ਦੀ ਜ਼ਰੂਰਤ ਹੈ ਤਾਂ ਤੁਹਾਡੇ ਡੈਂਟਿਸਟ ਨੂੰ ਪ੍ਰਿਸਕ੍ਰਾਈਬ ਕਰਨ ਦੇ ਉਹ ਦੱਸਣਗੇ ਵੀ ਕਿਹੜੀ ਹੈ ਪਰ ਜਿਹੜੇ ਦੁਕਾਨਾਂ ਦੇ ਵਿੱਚ ਸਟੋਰਾਂ ਦੇ ਵਿੱਚ ਪਏ ਹੁੰਦੇ ਆ ਅਸੀਂ ਟੀਵਰ ਉਹਨਾਂ ਨੂੰ ਫਲੇਵਰ ਦੇ ਲਈ ਜਾਂ 스멜 ਦੇ ਲਈ ਜਾਂ ਟੇਸਟ ਨੂੰ ਇੰਪਰੂਵ ਕਰਨ ਦੇ ਲਈ ਆਪਦੇ ਮੂੰਹ ਦੀ ਬ੍ਰੈਥ ਇੰਪਰੂਵ ਕਰਨ ਲਈ ਵਰਤਦੇ ਆ ਉਹ ਸਟਿੱਕੀ ਹੁੰਦੇ ਆ ਟੀਵਰ ਹੋਸਟਾ ਨੂੰ ਜੀ ਸ਼ੂਟਰ ਦੀ ਵੀ ਮਾਤਰਾ ਹੋਵੇ ਥੋੜੀ ਬਹੁਤ ਉਹ ਸਾਡੇ ਲਈ ਚੰਗੇ ਨਹੀਂ ਹੈ ਜਿਉ ਸਾਨੂੰ ਬੈਨੀਫਿਟ ਦੀ ਥਾਂ ਤੇ ਨੁਕਸਾਨ ਭਾਵੇਂ ਕਰ ਦੇਣ। ਅਲਕੋਹਲ ਜਿਹੜੀ ਹੈ ਜੀ ਆ ਉਹ ਡਰਾਈਨੈਸ ਕਰਦੀ ਆ। ਉਹ ਉੱਡਦੀ ਆ। ਪਾਣੀ ਦੇ ਨਾਲ ਪਾਣੀ ਨੂੰ ਵੀ ਉਡਾ ਦਿੰਦੀ ਹੈ ਜੀ ਆ। ਵੈਪਰੇਟ ਹੋ ਜਾਂਦਾ। ਵੈਪਰੇਟ ਹੋ ਜਾਂਦਾ ਬੀਸਿਕਲੀ। ਉਹ ਸਾਡੇ ਮੂੰਹ ਵਾਸਤੇ ਚੰਗਾ ਨਹੀਂ। ਜੇ ਅਸੀਂ ਭਾਂਡੇ ਧੋਣੇ ਡਿਸ਼ਵਾਸ਼ਰ ਦੇ ਵਿੱਚ ਜਿੰਨਾ ਮਰਜ਼ੀ ਚੰਡਾ ਸੀ ਸੋਪ ਪਾ ਲਈ ਜੇ ਪਾਣੀ ਨਹੀਂ ਹੈਗਾ ਭਾਂਡੇ ਕਲੀਨ ਨਹੀਂ ਹੋਣੇ। ਸੋ ਥੁੱਟ ਬਹੁਤ ਹੀ ਬੇहद ਜ਼ਰੂਰੀ ਹੈ ਦੰਦਾਂ ਨੂੰ ਸਾਫ਼ ਰੱਖਣ ਦੇ ਲਈ। ਉਹਨੇ ਆਪਣਾ ਸਾਰਾ ਦਿਨ ਪਾਣੀ ਨੂੰ ਸਾਫਟ ਕਰੀ ਜਾਣੇ ਛਰੀ ਜਾਣੇ ਦੰਦ ਅਲਕੋਹਲ ਵਾਲੇ ਮਾਊਥਵਾਸ਼ ਜਿਸੀਂ ਰਿਪੀਟਿਡਲੀ ਜ਼ਿਆਦਾ ਵਰਤਦੇ ਆ ਤਾਂ ਉਹਨਾਂ ਨੇ ਡਰਾਈਨੈਸ ਕਰਨੀ ਕਰਨੀ ਤੇ ਉਹਦਾ ਫਾਇਦੇ ਨਾਲੋਂ ਸਾਨੂੰ ਨੁਕਸਾਨ ਵੱਧ ਹੋਣੇ ਆ ਆ ਜਿਹੜਾ ਉਹ ਕਹਿੰਦੇ ਹਜੇ ਟੇਲੇਮ ਕਰਦੇ ਹੈ ਜੀ ਆ ਵੀ ਹਾਂਜੀ ਅਸੀਂ ਇਹਨੇ ਬੈਕਟੀਰੀਆ ਕਿਲਰ ਕਰ ਦਿੰਨੇ ਆ ਕਰਦੇ ਹੈ ਜੀ ਜਿਹੜੀ ਜਿੰਨਾਂ ਦੇ ਉੱਤੇ ਸੀਡੀ ਕੈਨੇਡੀਅਨ ਡੈਂਟਲ ਐਸੋਸੀਏਸ਼ਨ ਦੀ ਸੀਲ ਹੈ ਜੀ ਸੋ ਉਹਨਾਂ ਨੇ ਉਹ ਪੈਮਾਨੇ ਸੈੱਟ ਕੀਤੇ ਆ ਤੇ ਉਹ ਵਰਤੇ ਜਾਂਦੇ ਆ ਪਰ ਕੀ ਇਹ ਹਰ ਇੱਕ ਬੰਦੇ ਨੂੰ ਯੂਜ਼ ਕਰ ਲੈਣੇ ਚਾਹੀਦੇ ਆ ਇੰਪੋਰਟੈਂਟ ਹੈ ਜੇ ਤੁਹਾਨੂੰ ਥੋੜੇ ਡੈਂਟਿਸ ਪੈਂਦੇ ਹੈ ਜੇ ਵੀ ਹਾਂ ਤੁਹਾਨੂੰ ਇਹਦਾ ਫਾਇਦਾ ਹੋ ਸਕਦਾ ਫਿਰ ਵੀ ਉਹ ਵਰਤੋ ਜੋ ਕਹਿੰਦੇ ਹੈ ਜੇ ਨਹੀਂ ਫਾਇਦਾ ਹੋਣਾ ਕੋਈ ਲੋੜ ਨਹੀਂ ਹੈ ਅੱਛਾ ਜਰਦੇ ਬਾਰੇ ਸੁਣ ਦੱਸੋ ਵੀ ਜਰਦੇ ਦਾ ਕੀ ਅਸਰ ਪੈਂਦਾ ਕੀ ਚੂਨਾ ਜਿਹੜਾ ਲਾਉਂਦੇ ਆ ਹਾਂਜੀ ਕਈ ਲੋਕ ਜਸਟੀਫਾਈ ਕਰਦੇ ਕਹਿੰਦੇ ਚੂਨਾ ਤਾਂ ਠੀਕ ਆ ਸਕੋ ਚੂਨਾ ਮਾੜਾ ਜਾਂ ਤਮਾਕੂ ਮਾੜਾ ਜਾਂ ਦੋਨਾਂ ਦਾ ਕੰਬੀਨੇਸ਼ਨ ਮਾੜਾ ਦੋਨੇ ਚੀਜ਼ੇ ਆੜ ਡਾੜ ਵੀ ਮਾੜੀਆਂ ਨੇ ਤੇ ਜਦ ਇਕੱਠੀਆਂ ਹੋ ਜਾਂਦੀਆਂ ਹੋਰ ਵੀ ਮਾੜੀਆਂ ਹੋ ਜਾਂਦੀਆਂ ਆ ਬੀਸਟਲੀ ਜਿਹੜਾ ਸਭ ਤੋਂ ਮਾੜਾ ਅਸਰ ਹੁੰਦਾ ਸਾਡੇ ਮਸੂੜਿਆਂ ਦੇ ਉੱਤੇ ਜਿਹੜੀ ਹੱਡੀ ਆ ਉਹ ਡਲਣੀ ਸ਼ੁਰੂ ਹੋ ਜਾਂਦੀ ਆ ਮੂੰਹ ਦੇ ਵਿੱਚ ਜਿਹੜੇ ਮਸੂੜੇ ਆ ਉਹ ਦੰਦਾਂ ਨੂੰ ਛੱਡ ਜਾਂਦੇ ਹੈ ਜਿਹੇ ਆ ਜਿਹੜਾ ਨਿਕੋਟੀਨ ਇਹਨਾਂ ਦੇ ਵਿੱਚ ਜਿਹੜਾ ਮੇਨ ਜਿਹੜਾ ਜਿਹਦੀ ਆਦਤ ਪਾਉਂਦਾ ਜਿਹੜਾ ਸਾਨੂੰ ਜਿਹਦਾ ਸਾਨੂੰ ਦਿਮਾਗ ਨੂੰ ਤਮਾਕੂ ਚਬਣ ਨਾਲ ਜਿਹੜਾ ਐਬਜ਼ੌਰਬ ਨਿਕੋਟੀਨਾ ਹੈ ਨਾ ਬੱਚਿਆਂ ਦਾ ਬਹੁਤ ਹੀ ਜ਼ਿਆਦਾ ਮਾੜਾ ਪਰ ਐਡਲਟਸ ਦੇ ਵਿੱਚ ਵੀ ਉਹ ਉਹ ਦੀ ਲੱਤ ਪੈ ਜਾਂਦੀ ਹੈ ਸਾਨੂੰ ਉਹਦੀ ਆਦਤ ਪੈ ਜਾਂਦੀ ਹੈ ਉਹ ਸਾਡੇ ਦਿਮਾਗ ਨੂੰ Euphoria relaxation ਕਰਦਾ ਮਸੂੜਿਆਂ ਦੇ ਵਿੱਚ ਉਹ ਬਲੱਡ ਦੀ ਸਪਲਾਈ ਨੂੰ ਘਟਾ ਦਿੰਦਾ ਸੋ ਹੁਣ ਡੈਂਟਿਸਟ ਨੇ ਚੈੱਕ ਕਰਨਾ ਵੀ ਸਾਡੇ ਮਸੂੜਿਆਂ ਚ ਜਦੋਂ ਆਪਾਂ ਲੋਟੈਨ ਦੇ ਵੀ ਬਰਸ਼ ਕਰਦੇ ਹੋਂ ਖੂਨ ਆਉਂਦਾ ਸਾਨੂੰ ਡੈਂਟਲ ਸਕੂਲ ਜਾਣਾ ਚਾਹੀਦਾ ਪਰ ਉਹ ਬਲੱਡ ਆਉਂਦਾ ਨਹੀਂ ਸਾਨੂੰ ਪਤਾ ਨਹੀਂ ਲੱਗਦਾ ਸੋ ਨਾਲੇ ਤੋਂ ਸਾਡੇ ਦੰਦਾਂ ਨੂੰ ਖਰਾਬ ਕਰ ਰਿਹਾ ਨਾਲੇ ਸਾਨੂੰ ਉਹ ਪਤਾ ਵੀ ਨਹੀਂ ਲੱਗਣ ਦਿੰਦਾ ਕੈਂਸਰ ਦਾ ਕਾਸ ਕਰਦੇ ਠੀਕ ਹੈ ਤੰਬਾਕੂ ਆਪਨੂੰ ਪਤਾ ਉਹ ਕਿੰਨੇ ਸਿਗਰਟ ਦੇ ਵਿੱਚ ਜਾਂ ਜਿਹੜਾ ਅਸੀਂ ਰੱਖਦੇ ਆਂ ਮੂੰਹ ਦੇ ਵਿੱਚ ਤਕਰੀਬਨ 7000 ਤੋਂ ਵੱਧ ਅਜਿਹੇ ਕੈਮੀਕਲਸ ਹੋリエ ਜਿਨ੍ਹਾਂ ਸਾਨੂੰ ਪਤਾ ਜਾਂ ਨਹੀਂ ਪਤਾ ਟੀ ਕਰਦੇ ਆ ਪਰ ਬਹੁਤਾਤ ਦੇ ਵਿੱਚ ਸਾਰੇ ਮਾੜੇ ਨੇ ਓਰਲ ਕੈਂਸਰ ਕਾਸ ਕਰਦੇ ਆ ਹੌਲੀ ਹੌਲੀ ਟਾਰ ਅੰਦਰ ਜਾਂਦੀ ਹੈ ਸਾਡੇ ਲੰਜ ਨੂੰ ਫੇਫਰਾਂ ਦੇ ਵਿੱਚ ਜੰਮਦੇ ਲੰਕ ਕੈਂਸਰ ਕਰਦੇ ਕੋਲਨ ਕੈਂਸਰ ਕਾਸ ਕਰਦੇ ਹੈਡਾ ਯੂਰੋਫਰਿੰਜਲ ਕੈਂਸਰ ਕਾਸ ਕਰਦੇ ਆ ਤੇ ਜਿਹੜੇ ਲੋਕ ਤੰਬਾਕੂ ਨੂੰ ਕਿਸੇ ਕਿਸਮ ਦੇ ਵਿੱਚ ਵੀ ਵਰਤਦੇ ਆ रिसर्च ਕਰ ਰਹੀ ਹੈ ਉਹਨਾਂ ਦੀ ਜਾਦੇ ਚਾਂਸਸ ਨੇ ਵੀ ਉਹ ਸ਼ਰਾਬ ਵੀ ਪੀਣਗੇ 88% ਸਮੋਟਰਸ ਨੇ ਜਿਹੜੇ ਅਲਕੋਹਲ ਦਾ ਸੇਵਨ ਕਰਦੇ ਆ 50% ਜਿਹੜੇ ਨਹੀਂ ਕਰਦੇ ਉਹ 50% ਹੀ ਪੀਂਦੇ ਆ ਸ਼ਰਾਬ ਕੋਈ ਸ਼ਰਾਬ ਪੀਣ ਤੋਂ ਬਾਅਦ ਹੀ ਸਿਗਰਟ ਪੀਂਦੇ ਨਹੀਂ ਪੀਂਦੇ ਨਹੀਂ ਹਾਂਜੀ ਉਸ ਦੋਨੇ ਕੰਬੀਨੇਸ਼ਨ ਚੱਲਦੀਆਂ ਨੇ ਅਮ ਯੂ ਐਸ ਨੇ ਪਿਛਲੇ ਰਿਸਰਚ ਕੀਤਾ ਸੀ ਨਾ ਸਟਡੀ ਆਈ ਸੀ ਉਹ ਥਿੰਦੇ ਜਿਹੜੇ ਅਡੋਲੈਸੈਂਟ ਏਜ ਵਿੱਚ ਚਲੋ ਵੀ 10 ਤੋਂ ਲੈ ਕੇ 20 ਸਾਲ ਦੀ 19 ਸਾਲ ਦੀ ਉਮਰ ਵਿੱਚ ਜਿਹੜੇ ਬੱਚਿਆਂ ਨੇ ਤੰਬਾਕੂ ਜਾਂ ਈ-ਸਿਗਰ ਜਾਂ ਵੇਪ ਜਾਂ ਤੁਸੀਂ ਵੀ ਇਹੀ ਚੀਜ਼ ਦਾ ਸੇਵਨ ਕੀਤਾ ਉਹਨਾਂ ਦਾ ਫਿਊਚਰ ਵਿੱਚ ਜਾ ਕੇ ਹੋਰ ਡਰੱਗਸ ਕਰਨ ਦੇ ਚਾਂਸਸ ਤੇ ਅਲਕੋਹਲ ਪੀਣ ਦੇ ਚਾਂਸਸ ਜਿਹੜੇ ਹੈ ਜੀ ਉਹ ਹਾਈ ਹੋ ਜਾਂਦੇ ਆ ਦੂਜੀ ਚੀਜ਼ ਜਿਨ੍ਹਾਂ ਨੇ ਅਡੋਲੈਸੈਂਟ ਏਜ ਦੇ ਵਿੱਚ ਜਾਂ ਯੰਗ ਏਜ ਦੇ ਵਿੱਚ ਜਾਂ 18 ਸਾਲ ਤੋਂ ਪਹਿਲਾਂ ਤੰਬਾਕੂ ਜਾਂ ਈ-ਸਿਗਰ ਕਿਸੇ ਚੀਜ਼ ਦਾ ਸੇਵਨ ਕੀਤਾ 40-45 ਸਾਲ ਦੀ ਏਜ ਵਿੱਚ ਉਹਨਾਂ ਦੇ ਵਿੱਚ ਜ਼ਿਆਦਾ ਪਾਇਆ ਵੀ ਓਰਲ ਕੈਂਸਰ ਹੋ ਗਿਆ। ਸੋ ਉਹ ਹੁਣ ਕੀ ਲਿੰਕ ਨੇ ਕਿੰਨਾ ਜੋ ਜੁੜੀਆਂ ਹੋਈਆਂ ਚੀਜ਼ਾਂ ਇਹਦੇ ਉੱਤੇ ਹੋਰ ਰਿਸਰਚ ਅਜੇ ਚੱਲ ਰਹੀ ਹੈ। ਤੁਹਾਨੂੰ ਕੋਈ ਹੈਗਾ ਉਹ ਲਾਈਟ ਵਾਲਾ ਯੰਤਰ ਜਿਹੜਾ ਕੈਂਸਰ ਚੈੱਕ ਕਰਦਾ ਹਾਂਜੀ ਹਾਂਜੀ ਓਰਲ ਕੈਂ ਕਿਹਨ ਪਤਾ ਨਹੀਂ ਹੁੰਦਾ। ਉਹ ਉਹਦੀ ਅ ਇੱਥੇ ਮੇਰੇ ਦੋਸਤ ਨੇ ਡਾਕਟਰ ਰਾਜਨ ਸੈਣੀ ਉਹ ਓਰਲ ਪੈਥੋਲੋਜਿਸਟ ਨੇ ਓਰਲ ਮੈਡੀਸਨ ਦੇ ਹੈ ਜੀ ਆਣਾ ਸਰੀ ਹਸਪੀਟਲ ਉਹਨਾਂ ਦਾ ਆਫਿਸ ਹੈ। ਤੇ ਉਹਨਾਂ ਨਾਲ ਮੇਰੇ ਤੇਵਰ ਡਿਸਕਸ਼ਨ ਹੋਇਆ। ਉਹ ਕਹਿੰਦੇ ਵੀ ਉਹਨਾਂ ਦਾ ਪਰਸਪੈਕਟਿਵ ਉਹ ਮਸ਼ੀਨ ਦੇ ਉੱਤੇ ਹੈ ਨਾ ਵੈਲਸਕੋਪ ਦੇ ਉੱਤੇ ਵੈਲਸਕੋਪ ਕਹਿੰਦੇ ਆ ਮਸ਼ੀਨ ਨੂੰ ਉਹ ਕਹਿੰਦੇ ਵੀ ਜੇ ਅਸੀਂ ਡਾਊਟ 'ਚ ਹੈਗੇ ਆ ਸਾਨੂੰ ਲੱਗਦਾ ਵੀ ਕੁਝ ਹੈ ਸਾਨੂੰ ਵੈਲਸਕੋਪ ਸ਼ਾਇਦ ਇੰਨੀ ਚੰਗੀ ਇਨਫੋਰਮੇਸ਼ਨ ਦੇ ਸਕੇ ਜਾਂ ਨਾ ਦੇ ਸਕੇ ਹੂੰ ਸੋ ਜੇ ਸਾਨੂੰ ਸ਼ੱਕ ਹੈ ਜੇ ਤਾਂ ਹਮੇਸ਼ਾ ਸਪੈਸ਼ਲਿਸਟ ਨੂੰ ਦੇਖਣਾ ਚਾਹੀਦਾ ਚਾਹੇ ਉਹ ਓਰਲ ਕੈਂਸਰ ਦਾ ਸ਼ੱਕਾ ਜਾਂ ਕਿਸੇ ਆਟੋਇਮਿਊਨ ਡਿਜ਼ੀਜ਼ਸ ਦਾ ਸ਼ੱਕਾ ਜਾਂ ਬਹੁਤ ਸਾਰੇ ਇਹ ਜਿਹੜੇ ਸਾਡੇ ਮੂੰਹ ਦੇ ਵਿੱਚ ਆ ਲਿਜਨਸ ਬਣ ਜਾਂਦੀਆਂ ਨੇ ਜਿਹੜੀਆਂ ਪ੍ਰੀ ਕੈਂਸਰਸ ਹੁੰਦੀਆਂ ਨੇ ਸੋ ਹੋ ਸਕਦਾ ਕੈਂਸਰ ਚ ਚੇਂਜ ਹੋਣ ਕਦੇ ਤਬਦੀਲ ਹੋਣ ਹੋ ਸਕਦਾ ਕਦੇ ਵੀ ਤਬਦੀਲ ਨਾ ਹੋਣ ਤਾਂ ਜਿਹੜਾ ਵੈਲ ਸਕ੍ਰੋਪ ਦਾ ਜਿਹੜਾ ਵਰਤ ਤੋਂ ਆ ਜਾਂ ਉਹਦਾ ਫਾਇਦਾ ਸਾਨੂੰ ਕਿੰਨਾ ਠੋਣਾ ਇਹ ਕੁਐਸਚਨੇਬਲ ਹੋ ਜਾਂਦਾ ਸੋ ਅਸੀਂ ਹਰਟ ਲਈ ਨਹੀਂ ਯੂਜ਼ ਕਰਦੇ ਡਾਕਟਰ ਸਣੀ ਉਹ ਹੀ ਡਾਕਟਰ ਜਿਨ੍ਹਾਂ ਨੇ ਆਪਣੀ ਪ੍ਰੈਕਟਿਸ ਦਾ ਨਾ ਬੜਾ ਅਧਿਆਤਮਿਕ ਰੱਖਿਆ ਹੈ ਆ ਔਰਲ ਬles ਬles ਔਰਲ ਬles ਹੀ ਇਸ ਰੀਲੀ ਗੁੱਡ ਗਾਈ ਯਾ अच्छा डॉक्टर साहब एक कलसन फॉर द शो बे वेपिंग की असर कर दिया हां जी अ ये नमेज माने दी सिगरेटा बेसिकली अ जेमे ਹੁਣ ਸਾਰੀਆਂ ਚੀਜ਼ਾਂ ਇਵਨ ਕਾਰ ਡਟਣ ਵਾਲੀ ਮਸ਼ੀਨ ਵੀ ਬੈਟਰੀ ਤੇ ਹੋ ਗਈ ਟਾਰਾਂ ਵੀ ਬੈਟਰੀ ਤੇ ਹੋ ਗਈਆਂ ਸੋ ਹੁਣ ਸਿਗਰਟਸ ਵੀ ਬੈਟਰੀ ਤੇ ਹੋ ਗਈਆਂ ਅ ਤਿੰਨ ਚਾਰ ਹਿੱਸੇ ਦੇ ਇੱਕ ਤਾਂ ਹੋ ਗਿਆ ਵੀ ਬੈਟਰੀ ਆ ਉਹਨੇ ਪਾਵਰ ਦੇਣੀ ਆ ਕੋਇਲ ਨੂੰ ਜਾਂ ਜਿਹੜਾ ਉਹਨਾਂ ਦਾ ਐਲੀਮੈਂਟ ਡਰਮ ਕਰਨਾ ਲਿਕਰ ਪੀ ਜਾਣਾ ਜਾਂ ਹਰਬਲ ਜੋ ਵੀ ਪੱਤੇ ਪੁੱਤੇ ਪਾ ਲੈਂਦੇ ਆ ਵਿੱਚ ਉਹ ਤੇ ਸਮੋਤ ਕਰ ਲੈਂਦੇ ਜਦੋਂ ਗਰਮ ਹੋ ਜਾਂਦਾ ਇਹ ਬੈਨੀਫਿਟ ਦਿੱਤਾ ਗਿਆ ਸੀ ਉਹਨਾਂ ਲੋਕਾਂ ਨੂੰ ਵੀ ਜਿਹੜੇ ਕਹਿੰਦੇ ਵੀ ਅਸੀਂ ਛੱਡ ਨਹੀਂ ਸਕਦੇ ਸਿਗਰਟ ਪੀਣੀ ਉਹ ਕਹਿੰਦੇ ਚਲੋ ਧੂਏ ਤੋਂ ਤਾਂ ਬਚੋ ਜੇ ਵੀ ਈ ਸਿਗਰਟ ਦਾ ਉਸਕਾ ਪੂਰਾ ਕਰ ਲੈ ਜਾਸਟਾ ਪੂਰਾ ਕਰ ਲਓ ਨਿਕੋਟਿਨ ਪਾ ਲਓ ਉਹ ਲੈ ਲਓ ਪਰ ਜੇ ਟੈਣਾ ਹੋਵੇ ਜੇ ਟ੍ਰੈਡੀਸ਼ਨਲ ਸਿਗਰਟ ਬਹੁਤ ਹੀ ਬੇਅੰਤਹਾ ਮਾੜੀਆਂ ਨੇ ਤਾ ਸੀਗਰਟ ਜਾਂ ਵੇਪ ਇਹ ਵੀ ਬਹੁਤ ਮਾੜੀ ਹੈ ਚੰਗੀ ਨਹੀਂ ਹੈ ਸੋ ਮਾਰਕੀਟੋਂ ਐਂਟਰਦੇ ਆ ਵੀ ਸੀਗਰਟ ਦੇ ਨਾਲੋਂ ਚੰਗੀ ਹੈ ਸਾਨੂੰ ਲੱਗਦਾ ਕਿ ਇਹ ਚੀਜ਼ ਵਧੀਆ ਹੀ ਹੈ ਮਾੜੀ ਨਹੀਂ ਹੈ ਜੀ ਵੇਪਿੰਗ ਦੇ ਨਾਲ ਵੀ ਉਹੀ ਇਨਗਰੀਡੀਅੰਟਸ ਨੇ ਜਿਹੜੇ ਅਸੀਂ ਸੀਗਰਟ ਚ ਪਾਉਨੇ ਆ ਸਿਰਫ ਧੂਏਂ ਵਾਲਾ ਜਾਂ ਕਾਲਸ ਵਾਲਾ ਜਿਹੜਾ ਕੰਮ ਹੈਗਾ ਉਹ ਖਤਮ ਹੋਇਆ ਹੋਰ ਕੁਝ ਨਹੀਂ ਹੈ ਹੂੰ ਇਹ ਰਸੂਲ ਬਣਦੇ ਆ ਭਾਫ਼ ਕਹੋ ਜਾਂ ਬੱਦਲ ਕਹੋ ਜਾਂ ਧੁੰਦ ਕਹੋ ਉਹ ਬਣ ਕੇ ਅਸੀਂ ਸਿੱਧਾ ਅੰਦਰ ਤੱਕ ਡੀਪ ਲੈ ਕੇ ਜਾਂਦੇ ਆ ਕਿਵਰੋ ਛੋਟੇ-ਛੋਟੇ ਬਣਦੇ ਟੀਅਰ ਵੱਡੇ ਸਾਈਜ਼ ਦੇ ਬਣਦੇ ਉਹ ਸਾਡੀ ਬਾਡੀ ਤੇ ਅਸਰ ਉਵੇਂ ਹੀ ਕਰਦੇ ਆ ਸਭ ਤੋਂ ਜਿਹੜਾ ਮਾੜਾ ਅਸਰ ਹੋਇਆ ਉਹ ਹੋਇਆ ਬੱਚਿਆਂ ਦੇ ਵਿੱਚ ਯੂਐਸ ਦੇ ਵਿੱਚ ਮੇਰਾ ਖਿਆਲਾ 6ਵੀਂ ਤੋਂ ਲੈ ਕੇ 12ਵੀਂ ਜਮਾਤ ਦੇ ਬੱਚੇ 5 ਮਿਲੀਅਨ ਬੱਚੇ ਜਿਨ੍ਹਾਂ ਨੇ ਇਹ ਚਾਹ ਵੀ ਅਸੀਂ ਪਿਛਲੇ 30 ਦਿਨਾਂ ਦੇ ਵਿੱਚ ਵਿੱਚ ਅਸੀਂ ਈ ਸਿਗਰ ਜਾਂ ਵੇਪਿੰਗ ਕੀਤੀ ਆ ਹੂੰ ਉਹ ਮਾਰਕੀਟ 'ਚ ਮੈਂ ਕਰਦੀਆਂ ਕੰਪਨੀਆਂਸ ਵੀ ਫਲੇਵਰ ਆ ਇਹ ਮੈਂਟਾ ਜੀ ਇਹ ਫਲਾਨਾ ਪੱਤੇ ਆ ਜੀ ਪੱਤੇ ਆ ਫਲਾਨੇ ਆ ਤੇ ਉਹਨਾਂ ਨੇ ਕਲੇਮ ਕੀਤਾ ਵੀ ਸਾਡੇ ਵਿੱਚ 0% ਨਿਕੋਟੀਨ ਹੈ ਹੀ ਨਹੀਂ ਤੇ ਟਵੀਟਿੰਗ ਦੇ ਵੇਸੇ 100% ਜਾਂ 80% ਨਿਕੋਟੀਨ ਹੈ ਜੀ ਆ ਪਰ ਜਿਨ੍ਹਾਂ ਨੇ 0% ਵਿੱਚ ਆ ਉਹਦੇ ਵਿੱਚ ਵੀ ਜਦੋਂ FDA ਇਹ ਨੇ ਜਾਂ ਕੈਨੇਡੀਅਨ ਕੈਨੇਡਾ ਦੇ ਹੈਲਥ ਨੇ ਵੀ ਚੈੱਕ ਕੀਤੇ ਉਹਦੇ ਵਿੱਚ ਵੀ ਨਿਕੋਟੀਨ ਦੀ ਮਾਤਰਾ ਪਾਈ ਗਈ ਵੀ ਇਹ ਝੂਠ ਬੋਲਦੇ ਸੀ oral health ਤੇ ਕੀ ਅਸਰ ਪਾਉਂਦਾ ਅਡਿਕਸ਼ਨ ਰਿਕਨ ਹੁੰਦੀ ਆ ਉਹ ਨਾਲ ਬਾਰ 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 ਸਾਡੇ ਮੂੰਹ ਚ ਡਰਾਈਨੈਸ ਹੁੰਦੀ ਜਦੋਂ ਹੀਟ ਨਹੀਂ ਜਾਣਾ ਹੈਗਾ ਸਾਡੇ ਮੂੰਹ ਦੇ ਬੈਕਟੀਰੀਆ ਨੂੰ ਚੇਂਜ ਕਰਦੀ ਹੈ ਜੀ ਟਲ ਕਰਦੀ ਹੈ ਜੀ ਆ ਸਾਡੇ ਗਮ ਡਿਜ਼ੀਜ਼ ਕਾਸ ਕਰਦੀ ਹੈ ਜੀ ਕੈਵਿਟੀਜ਼ ਕਰਦੀ ਆ ਜਦੋਂ ਬਾਰ ਬਾਰ ਜਾਂਦੇ ਅਸੀਂ ਸਮੋਤ ਕਰਦੇ ਆ ਸਾਡਾ ਖਾਣ ਨੂੰ ਵੀ ਜੀ ਕਰਦਾ ਪੁੱਠ ਵੀ ਲੱਗਦੀ ਹੈ ਜੀ ਸੋ ਸਾਡਾ ਇੰਟਰਸਟ ਕੀ ਦੀ ਜੈਨਿਕ ਫੂਡ ਜਿਹੜੇ ਕੈਵਿਟੀ ਕਾਸ ਕਰਨ ਵਾਲਾ ਫੂਡ ਹੈਗਾ ਉਧਰ ਨੂੰ ਜਾਂਦਾ ਆ ਅਨ ਲੀਡਰ ਜੇ ਹੋਰ ਅਰਸਨਿਕ ਆ ਰੀ ਜਾਂ ਹੋਰ ਕੋਈ ਇਹ ਜੇ ਮੈਟਲਸ ਵੀ ਹੈ ਜਿਹੜੇ ਧਰਮ ਹੋਣ ਦੇ ਨਾਲ ਸਾਡੇ ਸਰੀਰ ਦੇ ਵਿੱਚ ਜਾਂਦੇ ਆ ਉਹ ਕੈਂਸਰ ਵੀ ਕੌਜ਼ ਕਰਦੇ ਹੈ ਜੇ ਆ ਅਡੋਲੈਸੈਂਟ ਬ੍ਰੇਨ ਦੇ ਉੱਤੇ ਜੇ ਆਪਾਂ ਕਹੇ ਦੀ ਇਹ ਉਹਦੇ ਤੇ ਵੀ ਮੇਜਰ ਅਸਰ ਪੈਂਦਾ ਸਾਡੀ ਜ਼ਰੂਰਤ ਵਿੱਚ ਸਾਡੀ ਡਿਸੀਜਨ ਮੇਕਿੰਗ ਮੈਮਰੀ ਇਨ੍ਹਾਂ ਸਾਰੀਆਂ ਚੀਜ਼ਾਂ ਤੇ ਵੀ ਅਸਰ ਪੈਂਦਾ ਹੈ ਅਨ ਡਾਕਟਰ ਗੇਲ ਤੁਹਾਡਾ ਟੈਲੀਫੋਨ ਨੰਬਰ ਕੀ ਹੈ ਪ੍ਰੈਕਟਿਸ ਕਿੱਥੇ ਤੁਹਾਡੀ ਮੇਰਾ ਜੀ ਪ੍ਰੈਕਟਿਸ ਐਡਰੈਸ ਸੋ ਬਵੰਜਾ ਤੇ 68 ਐਵੇਨਿਊ ਤੇ ਦਰਦੋਰਾ ਦੁੱਤ ਨਵਨਸਵਾਲ ਪਲਾਜ਼ਾ ਦੇ ਵਿੱਚ ਤੇ ਆਫਿਸ ਦਾ ਫੋਨ ਨੰਬਰ ਹੈ ਜੀ 604 593 5344 593 5344 5344 ਏਰੀਆ ਕੋਡ 604 604 593 5344 ਤੇ ਤੁਸੀਂ ਇਹਨਾਂ ਨੂੰ ਫੋਨ ਕਰ ਸਕਦੇ ਹੋ ਡਾਕਟਰ ਸਾਹਿਬ ਥੈਂਕ ਯੂ ਥੈਂਕ ਯੂ so much ਸੰਸਰ ਬਹੁਤ ਮੇਰਬਾਨੀ